ਮੰਗ ਕਰਦੇ ਕਿ ਦੋਸ਼ੀਆਂ ਤੇ 295 ਦੀ ਧਾਰਾ ਲੱਗਣੀ ਚਾਹੀਦੀ, ਪਰਚਾ ਦਰਜ ਹੋਣਾ ਚਾਹੀਦਾ ਕਿ ਇਹ ਗੁਨਾਹਗਰਦੀ ਕੀਤੀ ਆ। ਔਰ ਬੇਗਮ, ਉਹਨਾਂ ਦੀ ਗੱਲਬਾਤ ਇਹੀ ਹੋਈ ਹੈ ਜੀ, ਇਹਨਾਂ ਨੇ ਵਾਹ ਕੇ ਉਹ ਕਬਰਾਂ ਦੀਆਂ ਹੱਡੀਆਂ ਉਹਨਾਂ ਦੀਆਂ ਮੁਰਦਿਆਂ ਦੀਆਂ ਇਹਨਾਂ ਨੇ ਥੱਲੇ ਖਪਾਤੀਆਂ ਹੈ। ਮੈਨੂੰ ਕਈ ਰੁਤਬੇ ਤੋਂ ਮੈਂ ਇਹਨਾਂ ਦੀਆਂ ਮਿੰਨਤਾਂ ਚਪੇਟਾਂ ਕਰਦੀ ਆਈ ਹਾਂ, ਇਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ। ਸ਼ੇਖਰ ਤਾਂ ਮੈਨੂੰ ਲਛਮਣ ਆਉਂਦਾ ਵੀ ਭੌਂਕਦੀ ਆ, ਭੌਂਕ ਰਹੀ ਹੈ ਵੀ ਅਸੀਂ ਕੋਈ ਗੱਲ ਨਹੀਂ ਗੋਲਦੇ, ਮੇਰਾ ਇਹ ਮੇਰਾ ਕੋਈ ਇਹਨਾਂ ਨਾਲ ਸਰਬੰਧ ਨਹੀਂ, ਮੇਰਾ ਕੋਈ ਰਾਜ਼ੀਨਾਮਾ ਨਹੀਂ ਇਹਨਾਂ ਨੂੰ। ਹਾਂ, ਉਹ ਕਹਿ ਗਏ, ਉਹ ਕਹਿੰਦੇ ਤੁਹਾਡੀਆਂ ਚਾਰ ਦੁਆਰੀਆਂ ਵੀ ਕਰਕੇ ਦੇਵਾਂਗੇ, ਤੁਹਾਨੂੰ ਮਸੀਤ ਵੀ ਪਾ ਕੇ ਦੇਵਾਂਗੇ, ਹਜੇ ਜਦੋਂ ਪਾਉਣਗੇ ਫਿਰ ਵੇਖੀ। ਨਾ ਮੈਨੂੰ ਇਨਸਾਫ ਇਹਨਾਂ ਮਿਲ ਗਿਆ, ਮੈਂ ਕਿਹਾ ਮੇਰਾ ਕਰਾ ਦਿਓ, ਲਿਆ ਮੇਰਾ ਇਹਨਾਂ ਨਾਲ ਇਹ ਹੈਗਾ, ਉਹ ਮੇਰੇ ਕਬਰਸਤਾਨ ਦਾ ਤੁਸੀਂ ਬਣਾਉਣਾ ਅਤੇ ਜਿਹੜਾ ਮੇਰਾ ਹੈਗਾ ਉਹ ਮੈਂ ਇਹਨਾਂ ਨਾਲ ਰਾਜ਼ੀਨਾਮਾ ਕੋਈ ਨਹੀਂ ਮੇਰਾ। ਨਾ ਮੈਂ ਕੋਈ ਰਾਜ਼ੀਨਾਮਾ ਨਹੀਂ, ਨਾ ਨਾ ਇਹ ਮੇਰਾ ਮੈਨੂੰ ਮਿਲਣਾ ਚਾਹੀਦਾ, ਜਿਹੜਾ ਇਹਨਾਂ ਨੇ ਮੈਨੂੰ ਕੁੱਤੇ ਮਰਾਸਣੇ, ਇਹ ਮੈਨੂੰ ਲਛਮਣ ਸਿਉਂ ਨੇ ਇਹਨਾਂ ਨੇ ਇਹਨਾਂ ਨੇ ਜਿਹੜਾ ਮੈਨੂੰ ਗਾਲ ਦੁੱਪੜ ਦਿੱਤੀ ਆ, ਉਹ ਮੇਰਾ ਮਸਲਾ ਹੱਲ ਹੋਣਾ ਚਾਹੀਦਾ। ਹਾਂ, ਮੈਂ ਇਹ ਮੰਗਦੀ ਹਾਂ ਵੀ ਮੇਰਾ ਇਹ ਛੇਤੀ ਤੋਂ ਛੇਤੀ ਇਹ ਮੇਰਾ ਰਾਜ਼ੀਨਾਮਾ ਨਹੀਂ ਇਹਨਾਂ ਨਾਲ ਹੋ ਸਕਦਾ। ਹਾਂ, ਮੰਗਦੀ ਹਾਂ ਵੀ ਮੇਰੀ ਬੇਇੱਜ਼ਤੀ ਦਾ ਮੁੱਲ ਮੈਨੂੰ ਮਿਲਣਾ ਚਾਹੀਦਾ। ਹਾਂ, ਇਹ ਕਾਰਵਾਈ ਵੱਧ ਤੋਂ ਵੱਧ ਕਾਨੂੰਨ ਹੋਣਾ ਚਾਹੀਦਾ ਇਹਨਾਂ, ਮੇਰਾ ਇਹਦੇ ਵਿਗ 'ਚ ਮੇਰਾ ਪਰਚਾ ਦਰਜ ਹੋਣਾ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਮੈਨੂੰ ਮੈਂ ਮੇਰਾ ਰਾਜ਼ੀਨਾਮਾ ਕੋਈ ਨਹੀਂ ਇੰਨਾ ਚਿਰ ਜਿੰਨਾ ਚਿਰ ਮੈਨੂੰ ਇਹ ਮਿਲਦਾ ਨਹੀਂ, ਮੈਂ ਕੋਈ ਇਹਨਾਂ 'ਤੇ ਮੇਰਾ ਮੇਰੀ ਕਾਨੂੰਨਬਾਜ਼ੀ ਆ, ਮੈਂ ਆਪਦੇ ਜੋ ਮੈਂ ਲੜਾਈ ਇਹਨਾਂ ਨਾਲ ਲੜੀ ਹਾਂ ਉਹ ਮੈਂ ਲੜੀ ਜਾਣਾ ਇਹਨਾਂ ਨੂੰ, ਜਿਵੇਂ ਮੇਰਾ ਹੋਇਆ ਉਹ ਮੈਂ ਕਰਨਾ ਹੀ ਕਰਨਾ ਇਹਨਾਂ ਬਸ। ਹਾਂ ਹਾਂ, ਪਰਚਾ ਦਰਜ ਹੋਣਾ ਚਾਹੀਦਾ ਹੈ। ਪਰਚਾ ਦਰਜ ਕਿਉਂ ਨਾ ਕੀਤਾ ਇਹਨਾਂ ਨੇ ਜਦੋਂ ਮੈਂ ਗਈ ਸੀ, ਮੇਰਾ ਪਰਚਾ ਕਿਉਂ ਨਾ ਦਰਜ ਕੀਤਾ, ਇਹਨਾਂ ਨੂੰ ਕੀ ਝੇਪ ਸੀ, ਕਾਹਦੇ ਪਿੱਛੇ ਨਹੀਂ ਕੀਤਾ ਇਹਨਾਂ ਨੇ ਮੇਰਾ ਪਰਚਾ ਦਰਜ, ਜਦੋਂ ਇਹਨਾਂ ਨੂੰ ਮੈਂ ਰੋ ਪਿੱਟ ਕੇ ਕਰਕੇ ਆਈ ਹਾਂ ਅਤੇ ਮੇਰੀ ਸੁਣਾਈ ਨਹੀਂ ਹੋ ਸਕਦੀ, ਮੇਰੀ ਸੁਣਾਈ ਹੋਣੀ ਚਾਹੀਦੀ। ਹਾਂ ਹਾਂ, ਇਹੀ ਮੰਗ ਆ ਬਈ ਭਾਈਚਾਰੇ ਦੇ ਧਿਆਨ 'ਚ ਫਿਰ ਲਿਜਾਵਾਂਗੇ ਅਤੇ ਭਾਈ ਸਾਹਿਬ ਵੀ ਇਹ ਨਹੀਂ ਮਸਲਾ ਹੱਲ ਹੁੰਦਾ, ਉਹ ਫਿਰ ਜਿੰਨੇ ਭਾਈਚਾਰੇ ਇਕੱਠੇ ਹੋਏ ਆ ਉਹਨਾਂ ਦੀ ਵੀਡੀਓ ਵੀ ਬਣੀ ਹੋਈ ਆ, ਸਾਰੇ ਪੱਤਰਕਾਰਾਂ ਦੇ ਧਿਆਨ 'ਚ ਵੀ ਆਏ ਹੋਏ ਆ, ਅਤੇ ਫਿਰ ਉਹਨਾਂ ਨੂੰ ਦੁਬਾਰਾ ਅਪੀਲ ਕਰਾਂਗੇ ਵੀ ਇਹ ਗੱਲਬਾਤ ਨਹੀਂ ਹੁੰਦੀ। ਬਾਕੀ ਆਪਣੇ ਸਰਪੰਚ ਸਾਹਿਬ ਕਹਿੰਦੇ ਆ ਵੀ ਇਹ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਉਹਨਾਂ ਨੇ ਗਲਤੀ ਮੰਨੀ ਆ, ਮੀਡੀਆ ਤੋਂ ਵੀ ਗਲਤੀ ਮੰਨੀ ਆ, ਸਾਥੋਂ ਵੀ ਮੰਨੀ ਆ, ਅਤੇ ਉਹ ਕਹਿੰਦੇ ਵੀ ਸਾਥੋਂ ਗਲਤੀ ਹੋਈ ਆ ਅਤੇ ਅਸੀਂ ਇਹਦਾ ਹਰਜ਼ਾਨਾ ਦਿੰਦੇ ਹਾਂ, ਬਾਬੇ ਦਿਓ ਅਸੀਂ ਸਾਰਾ ਕੁਝ ਕਰਕੇ ਦਿੰਦੇ ਹਾਂ। ਕਿਹੜੇ ਸਰਪੰਚ ਸਾਹਿਬ ਕੀ ਨਾਮ ਆ ਉਹਨਾਂ ਦਾ? ਕਰਮਜੀਤ ਸਿੰਘ ਹੈ। ਪਿੰਡ ਦਾ ਜਿਹੜਾ ਕਬਰਸਤਾਨ ਹੈ ਪੰਜਾਬ ਵਕਫ ਬੋਰਡ ਦੀ ਜਿਹੜੀ ਮਲਕੀਅਤ, ਉਹ ਬੜੇ ਅਫਸੋਸ ਦੀ ਗੱਲ ਹੈ ਕਿ ਕੁਛ ਲੋਕਾਂ ਨੇ ਇੱਥੇ ਜਿਹੜੀਆਂ ਕਬਰਾਂ ਮੌਜੂਦ ਸੀਗੀਆਂ ਸਫਾਈ ਦੇ ਦੌਰਾਨ ਉਹਨਾਂ ਕਬਰਾਂ ਦੇ ਉੱਤੇ ਵੀ ਜਿਹੜਾ ਉਹ ਹੱਲ ਚਲਾਇਆ ਗਿਆ, ਜੋ ਕਿ ਮੈਂ ਸਮਝਦਾ ਕਿ ਨਿਹਾਇਤ ਹੀ ਅਫਸੋਸਨਾਕ ਗੱਲ ਹੈ।
ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲ ਹੋਈ ਹੈ, ਮੁਤਲਕਾ ਅਫਸਰਾਨ ਸਾਹਿਬ ਜਿਹੜੇ ਆ ਉਹ ਜ਼ਿਲ੍ਹੇ ਦੇ ਇੱਥੇ ਨਾਲ ਮੌਜੂਦ ਨੇ। ਇਸ ਲਈ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਕਿ ਜਿਹੜਾ ਪੰਜਾਬ ਵਕਫ ਬੋਰਡ ਦੀ ਮਲਕੀਅਤ ਦਾ ਜਿਹੜਾ ਇਹ ਕਬਰਸਤਾਨ ਹੈ, ਇਹ ਬਿਨਾਂ ਪਿੰਡ ਦੇ ਮੁਸਲਮਾਨਾਂ ਦੀ ਰਜ਼ਾਮੰਦੀ ਤੋਂ ਆਇੰਦਾ ਇੱਥੇ ਕੁਛ ਨਹੀਂ ਕੀਤਾ ਜਾਏਗਾ। ਪਿੰਡ ਦੀ ਜਿਹੜੀ ਕਮੇਟੀ ਹੈ ਉਹ ਜਿਹੜੀ ਇਹਦੀ ਚਾਰ ਦੀਵਾਰੀ ਜਿਹੜੀ ਆ ਉਹ ਕਰਵਾ ਕੇ ਦੇਵੇਗੀ। ਉਸ ਦੇ ਨਾਲ ਨਾਲ ਇੱਥੇ ਨਮਾਜ਼ ਜਿਹੜੀ ਜਨਾਜ਼ੇ ਦੀ ਹੁੰਦੀ ਹੈ ਅਤੇ ਜੋ ਵੀ ਜਨਾਜ਼ੇ ਦੀਆਂ ਰਸੂਮਾਤ ਹੁੰਦੀਆਂ ਉਹਦੇ ਲਈ ਇਸ ਕਬਰਸਤਾਨ 'ਚ ਕੋਈ ਵੀ ਪ੍ਰਬੰਧ ਨਹੀਂ ਹੈ, ਨਾ ਪਾਣੀ ਦਾ ਪ੍ਰਬੰਧ ਹੈ, ਨਾ ਕੋਈ ਸ਼ੈੱਡ ਪਾਇਆ ਹੋਇਆ, ਨਾ ਕਿਸੇ ਵੀ ਤਰ੍ਹਾਂ ਦੇ ਕੋਈ ਬਾਥਰੂਮ ਬਣੇ ਹੋਏ ਆ। ਅਤੇ ਉਹਦੇ ਬਾਰੇ ਵੀ ਅਸੀਂ ਜਲਦੀ ਇੱਕ ਐਸਟੀਮੇਟ ਬਣਾ ਕੇ ਪੰਜਾਬ ਵਕਫ ਬੋਰਡ ਨੂੰ ਬੇਨਤੀ ਕਰਾਂਗੇ ਅਤੇ ਇੱਥੇ ਦੀ ਪੰਚਾਇਤ ਨੂੰ ਵੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਕਬਰਸਤਾਨਾਂ ਦੀ ਜਿਹੜੀ ਜ਼ਰੂਰਤਾਂ ਆ ਇਹ ਮੁੱਢਲੀ ਜ਼ਰੂਰਤਾਂ ਦੇ ਵਿੱਚ ਆਉਂਦੀਆਂ ਅਤੇ ਇਸ ਲਈ ਕਿਤੇ ਵੀ ਅਗਰ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਧਰਮ ਸਥਾਨ ਦਾ ਜਿਹੜਾ ਆਖਰੀ ਰਸਮ ਦੀ ਜਗ੍ਹਾ ਹੈ ਉੱਥੇ ਅਗਰ ਕੋਈ ਇੱਦਾਂ ਦੀ ਗੱਲ ਕਰਦਾ ਹੈ ਤਾਂ ਉਹ ਸਖ਼ਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ। ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਹਾਂ, ਪਿੰਡ ਦੀ ਪੰਚਾਇਤ ਵੀ ਮੌਜੂਦ ਹੈ, ਮੁਤਬਰ ਲੋਕ ਵੀ ਮੌਜੂਦ ਹੈ, ਪਿੰਡ 'ਚ 3-4 ਘਰ ਮੁਸਲਮਾਨਾਂ ਦੇ ਨੇ। ਅਸੀਂ ਇਹ ਚਾਹੁੰਦੇ ਹਾਂ ਹਮੇਸ਼ਾ ਤੋਂ ਹੀ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਸੁਖਾਵਾਂ ਰਹੇ, ਆਪਸ ਦੇ ਵਿੱਚ ਪਿਆਰ ਮੁਹੱਬਤ ਜਿਹੜੀ ਉਹ ਬਣੀ ਰਹੇ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਜਿਹੜੀ ਜਗ੍ਹਾ ਆ ਉਹ ਜਿੱਥੇ ਤੱਕ ਕਬਰਸਤਾਨ ਦੀ ਹੱਦ ਲੱਗਦੀ ਹੈ, ਸਟੇਟ ਅਫਸਰ ਸਾਹਿਬ ਮੌਜੂਦ ਨੇ, ਤਹਿਸੀਲ ਸਰਦਾਰ ਸਾਹਿਬ ਵੀ ਆਏ ਹੋਏ ਨੇ ਇਸ ਹਲਕੇ ਦੇ ਅਤੇ DSP ਸਾਹਿਬ ਵੀ ਮੌਜੂਦ ਨੇ। ਅਤੇ ਹੁਣ ਹੀ ਫੈਸਲਾ ਲਿਖ ਕੇ ਦੋਨਾਂ ਧਿਰਾਂ ਵੱਲੋਂ ਕਿ ਆਇੰਦਾ ਕਬਰਸਤਾਨ ਦੀ ਜਗ੍ਹਾ 'ਚ ਕੋਈ ਦਖਲ ਨਹੀਂ ਦਿੱਤਾ ਜਾਏਗਾ ਔਰ ਕਬਰਸਤਾਨ ਦਾ ਜਿਹੜਾ ਮੁਕੰਮਲ ਕੰਟਰੋਲ ਹੈ ਉਹ ਪਿੰਡ ਦੇ ਜਿਹੜੇ ਵਾਸੀ ਮੁਸਲਮਾਨ ਨੇ ਜਿਨ੍ਹਾਂ ਦੀ ਹੱਥ ਦੇ ਵਿੱਚ ਇਹ ਕਬਰਸਤਾਨ ਆਉਂਦਾ ਉਹਨਾਂ ਕੋਲ ਅਤੇ ਪੰਜਾਬ ਵਕਫ ਬੋਰਡ ਦੇ ਜਿਹੜਾ ਉਹ ਅਧੀਨ। ਸਰ ਜਿਹੜਾ ਵਾਇਰਲ ਵੀਡੀਓ ਦੇ ਵਿੱਚ ਇੱਕ ਮਾਤਾ ਇਹ ਕਹਿ ਰਹੀ ਹੈ ਕਿ ਮੇਰੇ ਜਿਹੜਾ ਮੁਰਦੇ ਦੀਆਂ ਹੱਡੀਆਂ ਕੱਢੀਆਂ ਗਈਆਂ, ਉਹਦੇ ਵਿੱਚ ਜਿਹੜੇ ਜਿਨ੍ਹਾਂ ਲੋਕਾਂ ਵੱਲੋਂ ਕੱਢੀਆਂ ਗਈਆਂ ਉਹਨਾਂ ਨੂੰ ਕੀ? ਦੇਖੋ ਮੈਂ ਹੁਣ ਇੱਥੇ ਮੌਕੇ 'ਤੇ ਆਇਆ ਹੋਇਆ ਅਤੇ ਮਿਸਾਲ ਦੇ ਤੌਰ 'ਤੇ ਅੱਜ ਤੋਂ 2-3 ਸਾਲ ਪਹਿਲਾਂ ਇੱਕ ਕਬਰਸਤਾਨ ਦੇ ਵਿੱਚ ਮਿੱਟੀ ਚੱਕੀ ਗਈ ਸੀ 10 ਫੁੱਟ, ਉੱਥੇ ਹੱਡੀਆਂ ਪਠਾਨਕੋਟ ਦੇ ਜ਼ਿਲ੍ਹੇ 'ਚ ਨਿਕਲ ਗਈਆਂ ਸੀ, ਉਹ 'ਚ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ। ਹੁਣ ਜਾਇਜ਼ ਵਕੂਆ 'ਤੇ ਉੱਦਾਂ ਦੇ ਹਾਲਾਤ ਨਹੀਂ ਹੈ, ਲੇਕਿਨ ਇਹ ਇਹਨਾਂ ਦੀ ਮਾਤਾ ਦਾ ਇਹ ਰੋਸ ਬਿਲਕੁਲ ਠੀਕ ਸੀ ਵੀ ਬਿਨਾਂ ਇਹਨਾਂ ਦੀ ਰਜ਼ਾਮੰਦੀ 'ਤੇ ਕਬਰਸਤਾਨ ਦੇ ਉੱਤੇ ਕੋਈ ਵੀ ਕੰਮ ਕੀਤਾ ਗਿਆ। ਅਸੀਂ ਇਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਇਹਨਾਂ ਦੇ ਨਾਲ ਖੜ੍ਹੇ ਹਾਂ ਔਰ ਯਕੀਨ ਦਿਲਾਉਂਦੇ ਕਿ ਦੁਬਾਰਾ ਜਿਹੜਾ ਇੱਦਾਂ ਦੀ ਕੋਈ ਵੀ ਗੱਲ ਜਿਹੜੀ ਉਹ ਨਹੀਂ ਹੋਏਗੀ। ਮੌਕੇ 'ਤੇ ਮੌਲਾਨਾ ਜੀ ਆਏ ਹੋਏ ਨੇ ਅਤੇ ਇੱਥੇ ਸਮੁੱਚੀ ਪੰਚਾਇਤ ਹਾਜ਼ਰ ਸੀਗੀ, ਸਮੁੱਚੀ ਪੰਚਾਇਤ ਦੇ ਵਿੱਚ ਫੈਸਲਾ ਹੋ ਚੁੱਕਾ ਆ ਅਤੇ ਸਾਡੇ ਲਈ ਜੋ ਆਦੇਸ਼ ਹੈਗਾ ਕਿ ਅਸੀਂ ਇੱਥੋਂ ਦੀ ਨਿਸ਼ਾਨਦੇਹੀ ਕਰਵਾਉਣੀ ਆ, 83 ਨੰਬਰ ਵਕਫ ਬੋਰਡ ਦੀ ਇਹ ਜ਼ਮੀਨ ਹੈਗੀ ਆ, ਸਾਡੇ ਕੋਲ ਜਿਉਂ ਹੀ ਲਿਖਤ ਦੇ ਵਿੱਚ ਆਉਂਦਾ ਤਾਂ ਤੁਰੰਤ ਅਸੀਂ ਇੱਥੇ ਨਿਸ਼ਾਨਦੇਹੀ ਕਰਵਾ ਦਿੱਤੀ ਜਾਵੇ। ਉਹਨਾਂ ਬਾਰੇ ਪਹਿਲਾਂ ਹੀ ਇੱਥੇ ਮਤਲਬ ਪੰਚਾਇਤੀ ਤੌਰ 'ਤੇ ਫੈਸਲਾ ਹੋ ਚੁੱਕਾ ਕਿ ਇਸ ਤਰ੍ਹਾਂ ਦੀ ਕੋਈ ਅੱਗੇ ਤੋਂ ਕੋਈ ਵੀ ਜਿਹੜੀ ਮਤਲਬ ਇਸ ਤਰ੍ਹਾਂ ਦੀ ਪੰਚਾਇਤ ਵੱਲੋਂ ਜਾਂ ਕਿਸੇ ਵੀ ਅਧਿਕਾਰੀ ਵੱਲੋਂ ਕਿਸੇ ਵੀ ਕਰਮਚਾਰੀ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਬਿਨਾਂ ਮੁਸਲਿਮ ਭਾਈਚਾਰੇ ਦੀ ਇਜਾਜ਼ਤ ਤੋਂ ਬਿਨਾਂ ਇੱਥੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਦੇ ਲੋਕ ਇਹ ਵੀ ਖਫਾ ਨਿਰਾਸ਼ ਆ ਕਿ ਉਹ ਕਹਿੰਦੇ ਸਾਨੂੰ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਸੀ ਪਰ ਕਾਰਵਾਈ ਨਹੀਂ ਹੋਈ ਕੋਈ। ਨਹੀਂ ਉਹ ਤਾਂ ਪੰਚਾਇਤ ਦੇ ਫੈਸਲੇ ਮੁਤਾਬਕ ਜੋ ਵੀ ਹੋਵੇਗਾ ਉਹਨਾਂ ਦੇ ਜਿਹੜੇ ਮੇਨ ਸਾਡਾ ਫੈਸਲਾ ਨਹੀਂ ਹੈ, ਡਿਪਟੀ ਸਾਹਿਬ ਖੜੇ ਨੇ, ਜੋ ਵੀ ਮੁਤਾਬਕ ਅਲਾਹ ਹੋਊਗਾ ਕਰਤਾ ਜਾਊ। ਇਹ ਜਾਣਿਆ ਅਣਜਾਣਿਆ ਵਿੱਚ ਜਿਹੜੀ ਗਲਤੀ ਹੋਈ ਹੈ ਕਿਸੇ ਨੇ ਜਾਣ ਕੇ ਨਹੀਂ ਕੀਤੀ ਜੀ, ਸਫਾਈ ਕੀਤੀ ਸੀਗੀ ਕਿਉਂਕਿ ਬੱਚੇ ਆ ਨਾਲ ਸਟੇਡੀਅਮ ਹੈ ਅਤੇ ਇੱਥੇ ਹੱਥ ਨੇ ਖੇਡਦੇ ਆ। ਅੱਗੇ ਵੀ 2022 ਦੇ ਵਿੱਚ ਜਦੋਂ ਕਮੇਟੀ ਹੋਣ 'ਚ ਆਈ ਹੈ ਉਸ ਟਾਈਮ ਇੱਥੇ ਪਹਿਲਾਂ ਪ੍ਰਸ਼ਾਸਨ ਲੱਗਾ ਸੀ ਦਰਗਾਹ 'ਤੇ ਅਤੇ ਕਿਸੇ ਨੇ ਸਾਂਭ ਸੰਭਾਲ ਨਹੀਂ ਕੀਤੀ। ਇੱਥੇ ਪਾਣੀ ਇਸ ਉਹ ਜਗ੍ਹਾ ਤੋਂ ਲਾ ਕੇ ਸਾਰਾ ਸਿਵਿਆ ਉਹ ਪਾਣੀ ਉੱਧਰਲਾ ਛੱਪੜ ਦਾ, ਆਹ ਸਾਰੀ ਟੈਂਕੀ ਵਾਲੀ ਜਗ੍ਹਾ ਉਹ ਗੁਰਦੁਆਰਾ ਸਾਹਿਬ ਦੇ ਜਾ ਕੇ ਨਾਲ ਲਾ ਗਿਆ ਸੀ ਕੰਧਾਂ ਦੇ ਕਾਲਾ ਪਾਣੀ 22 ਦੇ ਵਿੱਚ। ਜਦੋਂ ਫਿਰ ਉਹ ਕਮੇਟੀ ਬਣੀ 4 ਮਹੀਨੇ ਹੀ ਸਾਡੀ, ਅਸੀਂ ਉਦੋਂ ਸਫਾਈ ਕੀਤੀ ਹੈ ਜਗ੍ਹਾ ਦੀ, ਉਦੋਂ ਸਾਰੇ ਇੱਕ ਸੀ, ਕੋਈ ਇਹ ਵੀ ਸਾਡੇ ਨਾਲ ਸੀ, ਇਹਨਾਂ ਨੇ ਇਹ ਆਪ ਇਹਨਾਂ ਨੇ ਸਾਨੂੰ ਕਿਹਾ ਵੀ ਆਹ ਤੁਸੀਂ ਬਹੁਤ ਸ਼ਾਬਾਸ਼ੀ ਵਾਲਾ ਕੰਮ ਕੀਤਾ, ਬਹੁਤ ਚੰਗਾ ਕੀਤਾ, ਇੱਥੇ ਪਾਣੀ ਖੜ੍ਹਾ ਕਿਸੇ ਪਾਸੇ, ਮਤਲਬ ਜੇ ਕੋਈ ਘਟਨਾ ਹੋ ਜੇ ਅਤੇ ਮੁਰਦਾ ਕਿੱਥੇ ਦਫਨਾਓ, ਜਦੋਂ ਜਗ੍ਹਾ ਹੀ ਹੈ ਨਹੀਂ। ਅਸੀਂ ਉਦੋਂ ਵੀ ਸਫਾਈ ਕੀਤੀ, ਹਰੇਕ ਸਾਲ ਹੀ ਅਸੀਂ ਕਰਦੇ ਹਾਂ ਅਤੇ ਇਹ ਪਤਾ ਨਹੀਂ ਅਸੀਂ ਹੁਣ ਕੋਈ ਗੱਲ ਨਹੀਂ ਇਹੋ ਜਿਹੀ ਕਹਿੰਦੇ ਵੀ ਕੀ ਨੇ ਕਿਹਾ ਜਾਂ ਨਹੀਂ ਕਿਹਾ ਅਤੇ ਕੀਤੀ ਸਫਾਈ ਸੀ।
ਇਹਦੇ ਵਿੱਚ ਸਾਥੋਂ ਇਹ ਗੱਲ ਦੀ ਸਫਾਈ ਦੀ ਹੋਈ ਹੈ। ਬਾਕੀ ਅਸੀਂ ਕਿਸੇ ਵੀ ਧਰਮ ਨੂੰ ਠੇਸ ਨਹੀਂ ਪਹੁੰਚਾਉਂਦੇ, ਅਸੀਂ ਸਾਰੇ ਇੱਕ ਹੈ, ਸਾਰੇ ਧਰਮ ਹੈ ਜਿਹੜੇ ਇੱਕ ਹੈ, ਇਹ ਸਾਡੇ ਭਾਈ ਹੈ। ਇਹਨਾਂ ਦੇ ਜਿਹੜੇ ਵੱਡ ਵਡੇਰੇ ਸੀ ਉਹ ਸਾਡੇ ਵੱਡ ਵਡੇਰੇ ਨੇ, ਉਹਨਾਂ ਨੇ 47 ਵੇਲੇ ਉਹਨਾਂ ਨੂੰ ਇੱਥੇ ਰੱਖਿਆ, ਸਾਡੇ ਭਰਾ, ਸਾਡਾ ਕੋਈ ਫਰਕ ਨਹੀਂ ਹੈ। ਜਿਵੇਂ ਕਹਿਣਗੇ ਜਿੰਨੀ ਇਹਨਾਂ ਦੀ ਜਗ੍ਹਾ ਬਣਦੀ, ਜਿੱਥੇ ਬਣਦੀ ਹੈ, ਇਹ ਨਿਸ਼ਾਨਦੇਹੀ ਕਰਾ ਲੈਣ ਅਤੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਅਤੇ ਜਗ੍ਹਾ ਬਣਾ ਦੇਣਾ। ਲੱਗਦਾ ਨਹੀਂ ਸੀ ਕਬਰਾਂ ਆਉਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਨੂੰ ਪੁੱਛ ਲਿਆ ਜਾਂਦਾ? ਸਾਡੇ ਮਨ 'ਚ ਹੀ ਨਹੀਂ ਸੀ ਇਹ ਗੱਲ, ਜੇ ਸਾਡੇ ਮਨ 'ਚ ਗੱਲ ਹੁੰਦੀ ਤਾਂ ਹੀ ਅਸੀਂ ਪੁਸ਼ਪ ਦਾਨ ਕਰਾਂਗੇ। ਇਹ ਗੱਲ ਦਾ ਪਤਾ ਸੀ ਵੀ ਇੱਥੇ ਕਬਰਸਤਾਨ ਪਹਿਲਾਂ? ਕਬਰਸਤਾਨ ਤਾਂ ਸਾਰੇ ਪਿੰਡ ਦੇਖੋ ਮੇਰੀ ਗੱਲ ਸੁਣੋ, ਪਤਾ ਹੈ ਆਪਾਂ ਐਂ ਨਹੀਂ ਪਤਾ ਸੀ ਵੀ ਕਿੱਥੇ ਹੈਗਾ, ਠੀਕ ਹੈ ਨਾ ਗੱਲ, ਆਪਾਂ ਤਾਂ ਪਹਿਲਾਂ ਤਰੀ ਹਰ ਸਾਲ ਦੀ ਉਹਨਾਂ ਦੀ ਸਫਾਈ ਕਰਵਾਈ ਸੀ ਅਤੇ ਕੋਈ ਆਪਣਾ ਹੋਰ ਮਕਸਦ ਨਹੀਂ ਸੀ, ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਚਲੋ ਹੁਣ ਜਾਣੇ ਬਣੇ ਜੋ ਕੁਛ ਵੀ ਹੋਇਆ ਉਹ ਅਸੀਂ ਸਹੀ ਕਰਵਾ ਕੇ ਦੇਵਾਂਗੇ, ਚਾਰ ਦੁਆਰੀ ਕਰਾ ਕੇ ਦੇਵਾਂਗੇ। ਲੱਗਦਾ ਸੀ ਵੀ ਇਹ ਗਲਤੀ ਹੋਈ ਹੈ? ਚਲੋ ਆਪਣੀ ਜਗ੍ਹਾ ਦਾ ਨਹੀਂ ਪਤਾ ਸੀ ਪਹਿਲਾਂ ਵੀ ਕਿੱਥੇ ਕਬਰਸਤਾਨ ਦੀ ਜਗ੍ਹਾ, ਜੇ ਕਬਰਸਤਾਨ ਦੀ ਜਗ੍ਹਾ ਹੈਗੀ ਹੈ ਤਾਂ ਚਲੋ ਗਲਤੀ ਸਾਡੀ। ਇੱਥੇ ਹੁਣ ਆਪਣਾ ਬਾਬਾ ਫਕਰ ਬਾਬਾ ਦਮੂ ਸ਼ਾਹ ਦੀ ਜਗ੍ਹਾ ਬਣੀ ਹੋਈ ਹੈ, ਜਿਹਨੂੰ ਸਾਰਾ ਪਿੰਡ ਅਤੇ ਇਲਾਕੇ ਦੇ ਲੋਕ ਮੰਨਦੇ ਆ। ਇੱਥੇ ਹਰ ਸਾਲ ਮੇਲਾ ਲੱਗਦਾ, ਉੱਥੇ ਜਿੰਨਾ ਇਕੱਠ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ। ਇਹ ਜਿਹੜੀ ਇਹਦੀ ਕੰਪਲੇਂਟ ਆਈ ਹੈ ਕਬਰਾਂ ਵਾਲੀ ਜਗ੍ਹਾ ਦੀ, ਇਹਦੀ ਪੜਤਾਲ ਅਧੀਨ ਇਹ ਸਾਡੇ ਇੰਸਪੈਕਟਰ ਸਾਹਿਬ ਉਦੋਂ ਮੌਕੇ 'ਤੇ ਆ ਗਏ ਸੀਗੇ ਥਾਣਾ ਮੁਖੀ ਜਦੋਂ ਵੀ ਪਤਾ ਲੱਗਿਆ, ਪਰ ਕੋਈ ਇੱਥੇ ਵੀ ਹੱਡੀਆਂ ਬਾਹਰ ਨਿਕਲੀਆਂ ਹੋਣ ਜਾਂ ਹੋਰ ਹੋਈਆਂ ਹੋਣ, ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਵੀ ਬਾਹੀ ਜ਼ਰੂਰ ਫਲਾਂ ਨਾਲ ਹੱਡੀਆਂ ਨਿਕਲਣ ਵਾਲੀ ਕੋਈ ਗੱਲ ਨਹੀਂ ਹੋਈ। ਅੱਗੇ ਜਿਵੇਂ ਹੁਣ ਸ਼ਾਹੀ ਇਮਾਮ ਸਾਹਿਬ ਆਏ ਆ, ਇਹਨਾਂ ਨੇ ਦੱਸਿਆ ਵੀ ਨਿਸ਼ਾਨਦੇਹੀ ਕਰਕੇ ਉਹ ਦੁਆਰ ਕਰਾ ਲੈਣਗੇ, ਅਸੀਂ ਪੂਰਾ ਸਹਿਯੋਗ ਦੇਵਾਂਗੇ, ਲਾ ਐਂਡ ਆਰਡਰ ਨੂੰ ਜਿਹੜਾ ਬਰਕਰਾਰ ਰੱਖਿਆ ਜਾਊਗਾ, ਕਿਸੇ ਨੂੰ ਵੀ ਗਲਤ ਕੰਮ ਨਹੀਂ ਕਰਨ ਦਿੱਤਾ ਜਾਊਗਾ।